ਕਿ ਤੁਸੀਂ ਪਹਿਲਾਂ ਟੀਕਾ ਲਾ ਕੇ ਸਾਡੇ ਦੇਖਿਆ ਸੀ ਵੀ ਟੀਕਾ ਲਾਓ ਕਿੰਨਾ ਕਸਰ ਹੁੰਦਾ ਹੈ ਤੁਸੀਂ ਅਸਰ ਹੁਣ ਦੇਖ ਲਿਆ ਤੇ ਗਾਸ ਤੇ ਜੇ ਕੋਈ ਇਹੋ ਜਿਹਾ ਪੰਗਾ ਲੈਣਾ ਤਾਂ ਬਾਈ ਜੀ ਇਸ ਤਰ੍ਹਾਂ ਪੰਗੇ ਨਹੀਂ ਹੁੰਦੇ ਹੁੰਦੇ ਸਿੱਧਾ ਅਗਲੇ ਨੂੰ ਟਾਰਗੇਟ ਕਰੋ ਵੀ ਆ ਅਸੀਂ ਕਰਨ ਲੱਗੇ ਹਾਂ ਇਹ ਜਿਹੜਾ ਮਸਲਾ ਸਿੱਖਾਂ ਦੀ ਪਰਿਭਾਸ਼ਾ ਦਾ ਪਤਾ ਲੱਗ ਗਿਆ ਆਲ ਦੁਨੀਆ ਦੇ ਵਿੱਚ ਵੀ ਸਿੱਖਾਂ ਦੀ ਪਰਿਭਾਸ਼ਾ ਕੀ ਹੈ ਕਿ ਇਹ ਇਹ ਸਿੱਖ ਹੈ ਉਹ ਸਿੱਖ ਹੈ ਜਿਹੜੇ ਮੂੰਹਾਂ ਦੇ ਉੱਤੇ ਕੱਪੜੇ ਬੰਨ ਕੇ ਅਸਲੇ ਨਾਲ ਲੈਸ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਉੱਤੇ ਖੜੇ ਆ ਇਹਨਾਂ ਨੇ ਆਹ ਹਰਕਤ ਕੀਤੀ ਹੈ ਨਾ ਇਹਨਾਂ ਦੀਆਂ ਮੈਨੂੰ ਇਹ ਕਾਰਵਾਈਆਂ ਜਿਹੜੇ ਕਰੂਤਾਂ ਆ ਜਾਂ ਕਰਦੇ ਤਾਂ ਮੈਨੂੰ ਕੋਈ ਡਰ ਨਹੀਂ ਤਾਂ ਮੈਂ ਕੋਈ ਪੋਲੀਟੀਸ਼ੀਅਨ ਹੈ ਮੈਂ ਤਾਂ ਹੱਥ ਬੋਲਣਾ ਸਾਫ਼ ਬੋਲਣਾ ਹੈ ਸਾਫ਼ ਸੁਥਰਾ ਬੋਲਣਾ ਹੈ ਇੱਕ ਭਾਈ ਕੋਈ ਤੇ ਗੱਲ ਕਰੇ ਉਹਨਾਂ ਦਾ ਮੇਰਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮਸਲੇ ਦੇ ਉੱਤੇ ਇਕੱਠ ਕਰਕੇ ਸਰਕਾਰਾਂ ਨੂੰ ਦੱਸਿਆ ਕਿ ਭਾਈ ਅਸੀਂ ਇਕੱਠੇ ਇਸ ਮਸਲੇ ਨੂੰ ਰਾਜਨੀਤਿਕ ਲਾਭ ਨਾ ਦਿੱਤਾ ਜਾਵੇ ਕਿਉਂਕਿ ਰਾਜਨੀਤਿਕ ਨਹੀਂ ਨਾ ਹੀ ਕੋਈ ਵਿਅਕਤੀ ਵਿਸ਼ੇਸ਼ ਦਾ ਕੰਮ ਹੈ ਇਹ ਕੰਮ ਹੈ ਸਾਰੇ ਸਮੁੱਚੇ ਐਸਸੀ ਸਮਾਜ ਦਾ ਜੱਸੀ ਤੱਲੜ ਜੀ ਨੂੰ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਇਹਦੇ ਚ ਕਰਾਂਗਾ ਕਿਉਂਕਿ ਸਾਡੇ ਲੋਕ ਇੰਨੇ ਇਕੱਠੇ ਨਹੀਂ ਹੋਏ ਸੀ ਉਸ ਟਾਈਮ ਤੇ ਇਹਨਾਂ ਸ਼੍ਰੋਮਣੀ ਕਮੇਟੀ ਨੇ ਇੱਕ ਹਫ਼ਤੇ ਤੋਂ ਇੱਥੇ ਨਾਚ ਨੱਚਿਆ ਹੁੰਦਾ ਨਾਚ ਅਸਲੇ ਦੇ ਨਾਲ ਉਹਦੇ ਵਿੱਚ ਮੇਰਾ ਖਿਆਲ ਵੀ ਆਲ ਵਾਇਰ ਦੇ ਵਿੱਚ ਪਤਾ ਲੱਗ ਗਿਆ ਕਿ ਪੰਜਾਬ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਕੀ ਹੈ ਮੈਂ ਸ਼੍ਰੋਮਣੀ ਕਮੇਟੀ ਨੂੰ ਇੱਕ ਬੇਨਤੀ ਕਰੂੰਗਾ ਕਿ ਜਿਹੜੇ ਮਜ਼ਬੀ ਸਿੱਖਾਂ ਨਾਲ ਸੰਬੰਧਿਤ ਗੁੰਗੇ ਹੈ ਅੰਮ੍ਰਿਤਸਰ ਦੇ ਵਿੱਚ ਉਹਨਾਂ ਤੇ ਵੀ ਕਾਰਵਾਈ ਕਰਾ ਕੇ ਸਾਨੂੰ ਹੱਕ ਦਿੱਤਾ ਜਾਵੇ ਜਲੰਧਰ ਦੁਆਬਾ ਦਾ ਬ੍ਰਿਗੇਡ ਆਇਆ ਤਾਂ ਉੱਥੇ ਇਹਨਾਂ ਦੇ ਹੱਥਾਂ ਪੈਰਾਂ ਦੀ ਪੈ ਗਈ ਪ੍ਰਸ਼ਾਸਨ ਤੇ ਵੀ ਹੁਣ ਗਲਤ ਹੋਊਗਾ ਸਾਡੇ ਗਰੀਬ ਜਨਤਾ ਛੋਟਾ ਕਿਸਾਨ ਕਿਉਂ ਡੇਰੇ ਨਾਲ ਜੁੜੇ ਹੈ ਇਹ ਵੱਡਾ ਪ੍ਰਾਣਾ ਸ਼੍ਰੋਮਣੀ ਕਮੇਟੀ ਹੈ ਵੱਡਾ ਪ੍ਰਾਣਾ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕਿ ਅੱਜ ਅਸੀਂ ਧੰਨਵਾਦ ਹੀ ਕਰਨਾ ਜੀ ਤਲਵੰਡੀ ਸਾਬੋ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਕਬਜ਼ਾ ਕੀਤਾ ਗਿਆ ਸੀ ਗੁਰੂ ਸਾਹਿਬ ਦੀ ਜ਼ਮੀਨ 'ਤੇ ਉਹਦੇ ਸੰਬੰਧ ਵਿੱਚ ਅੱਜ ਅਸੀਂ ਧੰਨਵਾਦ ਹੀ ਕਰਨਾ ਸਭ ਤੋਂ ਪਹਿਲਾਂ ਮੈਂ ਸਾਰੇ ਸੰਤ ਸਮਾਜ ਦਾ ਉਸ ਤੋਂ ਬਾਅਦ SSP ਸਾਹਿਬ DC ਸਾਹਿਬ ਜਿਨ੍ਹਾਂ ਨੇ ਬੜੀ ਸੰਜੀਦਗੀ ਦੇ ਨਾਲ ਇਸ ਨੂੰ ਨਿਬੇੜਾ ਕੀਤਾ ਉਸ ਤੋਂ ਬਾਅਦ SC ਵਰਗ ਦੇ ਨਾਲ ਸੰਬੰਧਿਤ ਵਾਲਮੀਕਿ ਸਮਾਜ ਰਵਿਦਾਸੀਆ ਸਿੱਖ ਸਮਾਜ ਅਤੇ ਮਜ਼੍ਹਬੀ ਸਿੱਖ ਸਮਾਜ ਉਹਨਾਂ ਦਾ ਮੇਰਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਸ ਮਸਲੇ ਦੇ ਉੱਤੇ ਇਕੱਠ ਕਰਕੇ ਸਰਕਾਰਾਂ ਨੂੰ ਦੱਸਿਆ ਕਿ ਭਾਈ ਅਸੀਂ ਇਕੱਠੇ ਹਾਂ ਅਤੇ ਸਭ ਤੋਂ ਵੱਧ ਧੰਨਵਾਦ ਉਹਨਾਂ ਲੋਕਾਂ ਦਾ ਉਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਕਬਜ਼ੇ ਵਾਲੇ ਦਿਨ 5 ਵਜੇ ਮੈਸੇਜ ਦਿੱਤਾ ਸੀ ਕਿ ਭਾਈ ਇੱਥੇ ਕਬਜ਼ਾ ਹੋ ਗਿਆ ਉਹਨਾਂ ਦਾ ਮੈਂ ਧੰਨਵਾਦ ਕਰੂੰਗਾ ਅਤੇ ਫਿਰ ਇੱਕ ਅਪੀਲ ਮੈਂ ਹੋਰ ਕਰੂੰਗਾ ਕਿ ਇਸ ਮਸਲੇ ਨੂੰ ਰਾਜਨੀਤਿਕ ਲਾਭ ਨਾ ਦਿੱਤਾ ਜਾਵੇ ਕਿਉਂਕਿ ਰਾਜਨੀਤਿਕ ਨਹੀਂ ਨਾ ਹੀ ਕੋਈ ਵਿਅਕਤੀ ਵਿਸ਼ੇਸ਼ ਦਾ ਕੰਮ ਹੈ ਇਹ ਕੰਮ ਹੈ ਸਾਰੇ ਸਮੁੱਚੇ SC ਸਮਾਜ ਦਾ ਜਿਨ੍ਹਾਂ ਦੀ ਬਦੌਲਤ ਇਹ ਅਸੀਂ ਕਬਜ਼ਾ ਛਡਾ ਸਕੇ ਜਿਸ ਤਰ੍ਹਾਂ ਮਰਜ਼ੀ ਹੋਇਆ ਜੋ ਮਰਜ਼ੀ ਹੋਇਆ ਪਰ ਉੱਥੇ ਕੋਈ ਜੋ ਇਹੋ ਜਿਹਾ ਕੋਈ ਘਟਨਾ ਹੋਣੋਂ ਟਲ ਗਈ ਤਾਂ ਮੈਂ ਅਪੀਲ ਕਰੂੰਗਾ ਆਪਣੇ ਦੁਆਬੇ ਵਾਲਿਆਂ ਨੂੰ ਜੱਸੀ ਤੱਲੜ ਜੀ ਨੂੰ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਇਹਦੇ 'ਚ ਕਰਾਂਗਾ ਕਿਉਂਕਿ ਸਾਡੇ ਲੋਕ ਇੰਨੇ ਇਕੱਠੇ ਨਹੀਂ ਹੋਏ ਸੀ ਉਸ ਟਾਈਮ 'ਤੇ ਕਿਉਂਕਿ ਚੌਧਰੀ ਸੱਚ 'ਤੇ ਪਹਿਰਾ ਦਿੰਦਾ ਜਦੋਂ ਤੁਹਾਡਾ ਬ੍ਰਿਗੇਡ ਆਇਆ ਜਲੰਧਰ ਦੁਆਬਾ ਦਾ ਬ੍ਰਿਗੇਡ ਆਇਆ ਤਾਂ ਉੱਥੇ ਇਹਨਾਂ ਦੇ ਹੱਥਾਂ ਪੈਰਾਂ ਦੀ ਪੈ ਗਈ ਪ੍ਰਸ਼ਾਸਨ 'ਤੇ ਵੀ ਹੁਣ ਗਲਤ ਹੋਊਗਾ ਕੰਮ ਇਸ ਕਰਕੇ ਜੋ ਫੈਸਲਾ ਆ ਗਿਆ ਵਧੀਆ ਹੋਇਆ ਅਤੇ ਮੈਂ ਸ਼੍ਰੋਮਣੀ ਕਮੇਟੀ ਨੂੰ ਇੱਕ ਬੇਨਤੀ ਕਰੂੰਗਾ ਕਿ ਜਿਹੜੇ ਮਜ਼ਹਬੀ ਸਿੱਖਾਂ ਨਾਲ ਸੰਬੰਧਿਤ ਗੁੰਗੇ ਹੈ ਅੰਮ੍ਰਿਤਸਰ ਦੇ ਵਿੱਚ ਉਹਨਾਂ 'ਤੇ ਵੀ ਕਾਰਵਾਈ ਕਰਾ ਕੇ ਉਹਨਾਂ ਨੂੰ ਵੀ ਸਾਨੂੰ ਹੱਕ ਦਿੱਤਾ ਜਾਵੇ ਤਾਂ ਕਿ ਅਸੀਂ ਸਮਾਜ ਦੇ ਅਤੇ ਦੂਸਰੇ ਸਮਾਜ ਦੇ ਵਿੱਚ ਕੋਈ ਵਿਤਕਰਾ ਨਾ ਹੋਵੇ ਇਹਦੇ ਨਾਲ ਪੋਲੀਟੀਕਲ ਕੋਈ ਮਾਮਲਾ ਨਹੀਂ ਕਿਉਂਕਿ ਪੋਲੀਟੀਕਲ ਦੇ ਤਾਂ ਵੈਸੇ ਮੈਂ ਖਿਲਾਫ਼ ਹੈ
इस करके मान साहब का भी असं धन्यवाद करा जिन्होंने ऑफिसरों डीसी साहब एस एस पी साहब को इंस्ट्रक्शन दे के वधिया मसला हल कराता कि कोई भाई इतने घटना ना हो। इस करके बाहरलिया कंट्रिया के जिन्हों लोगों ने समर्थन किया बुद्धिजीवी तो समाज चिंतक लोगों ने उन्हों का भी मैं धन्यवाद कर दिया। तो श्रोमणी कमेटी को मैं दोबारा फिर अपील कर दिना कि तुम पहला टीका ला के साथ देखा भी टीका लाओ कि असर होंगे तुम असर हूँ देख लिया तो गाहते जो कोई यहोजा पंगा लेना है तो भाई जी इस तरह पंगे नहीं होंगे होंगे सीधा अगले को टारगेट करो भी आह असं कर लगे हैं फिर तो असं थोड़ू भी असी थोड़े बराबर खड़िए तुम साड़ी गैलरी उत्थे कब्जा कर लिया उस तो बाद फिर एक हाई कोर्ट के चैलेंज कर एक हाई कोर्ट के ऑर्डर चैलेंज पहला चैलेंज किया उस तो बाद हाई कोर्ट के ऑर्डर से तुम फैसला करके हो ये चंगी गल्लां नहीं। मैं श्रोमणी कमेटी को फिर अपील कर दिना कि श्री अमृत साहब साहब के जोड़े मजहबी सिख नाल जोड़े मुंगे संबंधित है वह भी सानू दिते जा अगे तो जे यह कोई हरकत करनी है तो असं समाज में दस दया करो ताकि बह के मसले हल सुकण। ये जोड़ा मसला सिखा की परिभाषा का पता लग गया आल दुनिया के सिखा की परिभाषा की है कि ये सिख है वो सिख है जेडे मूह के उत्ते कपड़े बन के असले नाल लैस गुरु साहब के गुरद्वारा साहब के उत्ते खड़े है कि आह ही मैसेज की है। इस करके सिखी इन्नी भी ढा ना लाओ कि पंजाब वासियों का आल वर्ल्ड के बैठे सिखा की बदनामी हो। बस इन्नी की मैं अपील करनी थी। मैं जसी तलन जी का फिर धन्यवाद कर देना कि तुहाडे ब्रिगेड के कारण जिहड़ा तुसीं जलंधर तो ब्रिगेड लैके आए ना उहदे कारण बहुत वड्डा मसला इत्थे हुण टल गया। तो वाहेगुरु जी का खालसा वाहेगुरू जी की फतेह। जय भीम जय पाठ जय संविधान जय गुरदेव धन गुरदेव जय वाहेगुरु।